ਕਈ ਆਉਂਦੇ ਬੱਚੇ ਇੱਥੇ ਵੇਖਣ ਵਾਸਤੇ ਅਤੇ ਉਹਨਾਂ ਨੂੰ ਨਹੀਂ ਪਤਾ, ਉਹ ਪੁੱਛਦੇ ਆ ਵੀ ਆਹ ਕੀ ਚੀਜ਼ ਆ, ਆਹ ਕੀ ਚੀਜ਼ ਆ। ਫਿਰ ਬਾਅਦ 'ਚ ਆਣ ਕੇ ਮੇਰਾ ਇਹ ਸ਼ੌਂਕ ਜਾਗਿਆ ਵੀ ਮੈਂ ਆਹ ਚੀਜ਼ਾਂ ਸਾਂਭ ਕੇ ਰੱਖਣੀਆਂ। ਜਿਹੜੀਆਂ ਵੀ ਚੀਜ਼ਾਂ ਮਤਲਬ ਸਾਨੂੰ ਮਿਲਦੀਆਂ, ਜਿਵੇਂ ਟੋਕਾ ਵਾ, ਅਜੇ ਤੱਕ ਉਹ ਮਸ਼ੀਨ ਜਿਹੜੀ ਪੁਰਾਣੇ ਜ਼ਮਾਨੇ ਦੀ ਆ, ਹੱਥ ਨਾਲ ਟੋਕਾ ਗੇੜ ਕੇ ਪੱਠੇ ਕੁਦਰਦੇ ਹਾਂ, ਉਹ ਵੀ ਰੱਖਿਆ ਵਾ। ਮੇਰਾ ਸ਼ੌਂਕ ਹੈ ਵੀ ਬਲਦ ਲਿਆਵਾਂ ਅਤੇ ਇਹ ਚੀਜ਼ਾਂ ਨੂੰ ਫਿਰ ਚਲਾਵਾਂ, ਇੱਕ ਕਰਾਂ। ਇਹ ਚੀਜ਼ਾਂ ਨੂੰ ਸਾਂਭ ਕੇ ਰੱਖੋ, ਨਹੀਂ ਸਾਂਭੀਆਂ ਜਾਂਦੀਆਂ ਤਾਂ ਮੈਨੂੰ ਦੇ ਜਾਓ, ਮੈਂ ਹੋ ਸਕਦਾ ਤੁਹਾਨੂੰ ਥੋੜ੍ਹੇ ਬੜੇ ਪੈਸੇ ਵੀ ਦੇ ਦਾਂ ਅਤੇ ਮੈਂ ਇੱਥੇ ਰੰਗ ਟੰਗ ਲੂੰਗਾ ਲਿਆਉਣ ਕੇ। ਸਤਿ ਸ਼੍ਰੀ ਅਕਾਲ ਦੋਸਤੋ, ਸੋਸ਼ਲ ਮੀਡੀਆ ਦੇ ਇਸ ਯੁੱਗ ਦੇ ਵਿੱਚ ਜਿਹੜਾ ਹੈ ਉਹ ਅੱਜ ਕੱਲ੍ਹ ਦੇ ਨੌਜਵਾਨ ਪੰਜਾਬੀ ਵਿਰਸਾ ਜਿਹੜਾ ਉਹ ਭੁੱਲਦੇ ਜਾ ਰਹੇ ਹਨ। ਜੀ ਹਾਂ, ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਅੱਜ ਜਿਹੜਾ ਹੈ ਤਸਵੀਰਾਂ ਦੇ ਵਿੱਚ ਤੁਸੀਂ ਵੇਖ ਰਹੇ ਹੋਗੇ ਕਿ ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਪੁਰਾਣੀਆਂ ਚੀਜ਼ਾਂ ਜਿਹੜੀਆਂ ਨੇ, ਜਿਨ੍ਹਾਂ ਨੂੰ ਅੱਜ ਦੇ ਮੁੰਡੇ ਕੁੜੀਆਂ ਕਹਿ ਸਕਦੇ ਆ, ਅੱਜ ਦੇ ਬੱਚੇ ਕਹਿ ਸਕਦੇ, ਜਿਹੜੇ ਘਰੋਂ ਤਾਂ ਕਬਾੜ 'ਚ ਜਾ ਕੇ ਵੇਚ ਆਉਂਦੇ ਨੇ ਲੇਕਿਨ ਉਸਨੂੰ ਇਕੱਠਾ ਕਰਕੇ ਇੱਕ ਵੱਖਰੀ ਮਿਸਾਲ ਪੇਸ਼ ਕਰਨ ਵਾਲੇ। ਮੈਂ ਇਸ ਵੇਲੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰੂੜੇ ਹਾਸਲ ਦੇ ਵਿੱਚ ਪਹੁੰਚਿਆ। ਤਾਂ ਦੋਸਤੋ, ਪੁਰਾਣੇ ਸਿੱਕੇ ਵੀ ਤੁਸੀਂ ਵੇਖ ਸਕਦੇ ਹੋ ਜਿਸ ਦੇ ਉੱਪਰ ਮਹਾਰਾਜ ਸ਼੍ਰੀ ਗੁਰੂ ਨਾਨਕ ਦੇਵ ਜੀ ਦੀ ਤਸਵੀਰ ਸੀ, ਤਾਂ ਅੱਜ ਵੀ ਉਹਨਾਂ ਨੇ ਸਾਂਭ ਕੇ ਰੱਖੀ ਹੈ। ਤੁਸੀਂ ਵੇਖ ਸਕਦੇ ਹੋ ਕਿ ਅੱਜ ਵੀ ਜਿਹੜਾ ਹੈ ਆਪਣੇ ਵਿਰਸੇ ਪ੍ਰਤੀ ਕਿੰਨਾ ਪਿਆਰ ਹੈ ਉਹਨਾਂ ਦੇ ਵਿੱਚ। ਮੇਰੇ ਨਾਲ ਮੌਜੂਦ ਨੇ, ਆਪਾਂ ਨਾਮ ਵੀ ਜਾਣਾਂਗੇ, ਅਸੀਂ ਇਸ ਵੇਲੇ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰੂੜੇ ਹਾਸਲ ਦੇ ਵਿੱਚ ਮੌਜੂਦ ਹਾਂ। ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਸਰਦਾਰ ਸਾਹਿਬ ਹੋਣਾਂ ਦਾ ਵਿਰਸੇ ਦੇ ਨਾਲ ਕਿੰਨਾ ਪਿਆਰ ਹੈ। ਸਭ ਤੋਂ ਪਹਿਲਾਂ ਆਪਣਾ ਨਾਮ ਦੱਸ ਦਿਓ ਸਰ ਜੀ। ਜੈਮਲ ਸਿੰਘ ਜੀ, ਅਤੇ ਸਾਡੇ ਚੈਨਲ 'ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ। ਧੰਨਵਾਦ ਹੈ ਜੀ। ਜਿੰਨੀਆਂ ਵੀ ਅਸੀਂ ਇਹ ਚੀਜ਼ਾਂ ਵੇਖ ਰਹੇ ਹਾਂ ਜੀ, ਮੇਰੇ ਖਿਆਲ ਅੱਜ ਦੇ ਨੌਜਵਾਨ ਬੱਚਿਆਂ ਨੂੰ, ਬੱਚੀਆਂ ਨੂੰ ਇਹਨਾਂ ਦੇ ਨਾਮ ਹੀ ਨਹੀਂ ਪਤਾ ਹੋਣੇ, ਕੀ ਕਹਿਣਾ ਚਾਹੋਗੇ? ਨਹੀਂ ਪਤਾ ਹੋਣਾ। ਕਈ ਆਉਂਦੇ ਬੱਚੇ ਇੱਥੇ ਵੇਖਣ ਵਾਸਤੇ ਅਤੇ ਉਹਨਾਂ ਨੂੰ ਨਹੀਂ ਪਤਾ, ਉਹ ਪੁੱਛਦੇ ਆ ਵੀ ਆਹ ਕੀ ਚੀਜ਼ ਆ, ਆਹ ਕੀ ਚੀਜ਼ ਆ। ਕਈ ਵਾਰੀ ਨੂੰ ਪੰਜਾਲੀ ਨੂੰ ਆਖਦੇ ਪੰਜਾਲਾ ਵਾਲਾ ਆ ਕੇ, ਮਤਲਬ ਤਾਂ ਠਾਉਣ ਵਾਲਾ, ਅਤੇ ਪੁੱਛਦੇ ਆ ਬੱਚੇ, ਨਵੇਂ ਜ਼ਮਾਨੇ ਦੇ ਬੱਚੇ ਸਾਰੇ ਪੁੱਛਦੇ ਆਣ ਕੇ। ਤੁਹਾਡੇ ਮਨ 'ਚ ਕਿਵੇਂ ਸ਼ੌਂਕ ਪਿਆ? ਮੇਰੇ ਮਨ ਦੇ ਵਿੱਚ ਸ਼ੌਂਕ ਬਹੁਤ ਪੁਰਾਣਾ ਹੈ। ਅੱਛਾ ਜੀ। ਜਿਉਂ ਮੈਂ ਵਾਈ ਛੱਡੀ ਆ ਨਾ, ਉਹ ਤੋਂ ਬਾਅਦ ਡਰਾਈਵਰੀ ਕਰਨ ਲੱਗ ਗਿਆ ਜੀ। ਫਿਰ ਬਾਅਦ 'ਚ ਆਣ ਕੇ ਮੇਰਾ ਇਹ ਸ਼ੌਂਕ ਜਾਗਿਆ ਵੀ ਮੈਂ ਆਹ ਚੀਜ਼ਾਂ ਸਾਂਭ ਕੇ ਰੱਖਣੀਆਂ ਵਾ ਜੀ। ਅਤੇ ਉਦੋਂ ਤਾਂ ਫਿਰ ਚੱਲਦਾ ਹੀ ਆਉਂਦਾ ਕੰਮ, ਜਿੰਨੀਆਂ ਮਿਲਦੀਆਂ ਜਾਂਦੀਆਂ ਰੱਖੀ ਜਾਈਦੀਆਂ ਜੀ। ਹਾਂਜੀ। ਕੋਈ ਜ਼ਬਾਨੀ ਨਾਮ ਦੱਸ ਸਕਦੇ ਜਿੰਨੀਆਂ ਚੀਜ਼ਾਂ ਪਈਆਂ? ਨਾਮ ਹਾਂ ਜੀ, ਕੁਝ ਕੁਝ ਕਾ ਸਾਰੇ ਨਾਮ ਪਤਾ ਜੀ। ਇਹ ਸੁਹਾਗੀ ਆ ਜੀ, ਇਹ ਹਾਲ ਪੰਜਾਲੀ ਆ, ਬਲਦ ਜਾਉਣ ਵਾਲੀ ਉਹ ਹਾਲ ਆ ਜੀ, ਇਹ ਚਰਖਾ ਵਾ ਜੀ, ਇਹ ਸਾਹਮਣੇ ਤੰਗਲੀ ਆ ਤੂੜੀ ਵਾਲੀ ਜੀ, ਇਹ ਜਿੰਦਰਾ ਵਾ ਵੱਟਾਂ ਪਾਉਣ ਵਾਲਾ ਜੀ, ਬਾਕੀ ਆ ਦਾਤਰੀ ਆ, ਪੁਰਾਣੇ ਜ਼ਮਾਨੇ ਦੀ ਦਾਤਰੀ ਜਿਹੜੀ ਮਤਲਬ ਬਣ ਮਿਸਤਰੀ ਬਣਾਉਂਦੇ ਹੁੰਦੇ ਸੀ ਜੀ, ਇਹ ਬਾਕੀ ਸਮਾਨ ਹੈ ਜੋ ਕਿਲੇ ਕੱਢਣ ਵਾਲਾ ਵਰਮਾ, ਜਾਂ ਇੱਧਰ ਤੁਸੀਂ ਹਿਸਾਬ ਲਾ ਲਓ ਵੀ ਫੁਲਕਾਰੀ, ਘੋੜੀ ਦਾ ਤਾਰੂ, ਬਲਦ ਦੇ ਮਖੇਰ ਨੇ, ਬਲਦ ਦੀਆਂ ਮੇਲਾਂ, ਬਲਦਾਂ ਦੇ ਖੋਪੇ, ਜਿਸ ਤਰ੍ਹਾਂ ਮਤਲਬ ਬੀਬੀਆਂ ਪੁਰਾਣੀਆਂ ਆਪਣੀਆਂ ਦੁੱਧ ਰਿੜਕਦੀਆਂ ਹੁੰਦੀਆਂ ਸੀ, ਉਹ ਦੁੱਧ ਰਿੜਕਦੀਆਂ ਅਤੇ ਮਧਾਣੀਆਂ, ਉਹ ਮਤਲਬ ਮਧਾਣੀਆਂ ਵੀ ਸਾਂਭ ਕੇ ਰੱਖੀਆਂ ਅੱਜ ਤੱਕ ਅਸੀਂ। ਅਤੇ ਜਿਹੜੀਆਂ ਵੀ ਚੀਜ਼ਾਂ ਮਤਲਬ ਸਾਨੂੰ ਮਿਲਦੀਆਂ, ਜਿਵੇਂ ਟੋਕਾ ਵਾ, ਅੱਜ ਤੱਕ ਉਹ ਮਸ਼ੀਨ ਜਿਹੜੀ ਪੁਰਾਣੇ ਜ਼ਮਾਨੇ ਦੀ ਆ, ਹੱਥ ਨਾਲ ਟੋਕਾ ਗੇੜ ਕੇ ਪੱਠੇ ਕੁਦਰਦੇ ਹਾਂ, ਉਹ ਵੀ ਰੱਖਿਆ ਵਾ। ਕੀ ਲੱਗਦਾ ਆਉਣ ਵਾਲੇ ਸਮੇਂ 'ਚ ਚੀਜ਼ਾਂ ਜਿਹੜੀਆਂ ਅਲੋਪ ਹੋ ਜਾਣਗੀਆਂ? ਅਲੋਪ ਹੋ ਜਾਣਗੀਆਂ। ਅੱਛਾ ਜੀ। ਜਿਹੜਾ ਵੀ ਕੋਈ ਚਾਹੁੰਦਾ ਬੱਚਾ ਮਤਲਬ ਘਰ ਸਮਾਨ ਪਿਆ ਵਾ, ਉਹ ਆਉਂਦੇ ਆ ਵੀ ਇਹ ਮੇਰੇ ਬੱਚੇ ਨੂੰ ਤਾਂ ਨਹੀਂ ਵੈਸੇ ਇਹੋ ਜਿਹੀ ਆਦਤ ਜੀ, ਉਹ ਆਉਂਦੇ ਆ ਲੋਹੇ ਵਾਲੇ ਹੁੰਦੇ ਤਾਂ ਪੈਸੇ ਵੱਟ ਲਓ। ਅੱਛਾ ਜੀ। ਅਤੇ ਅਸੀਂ ਇਹ ਨਹੀਂ ਚਾਹੁੰਦੇ ਵੀ ਅਸੀਂ, ਸਗੋਂ ਲਿਆਉਣ ਕੇ ਵੀ ਰੱਖੀ ਦੀਆਂ ਵਾ ਇੱਥੇ, ਕਈਆਂ ਤੋਂ ਮੁੱਲ ਵੀ ਲਿਆਈਦੇ ਆ, ਕਈ ਸੱਜਣ ਉਹ ਵੀ ਦੇ ਜਾਂਦੇ ਆ। ਅਤੇ ਮੇਰੇ ਸ਼ੌਂਕ ਹੀ ਆ ਵੀ ਮੈਂ ਇਹ ਚੀਜ਼ਾਂ ਰੱਖਣੀਆਂ ਹੈ। ਦੋਸਤੋ, ਇਹ ਵੀ ਕਹਿ ਸਕਦੇ ਹਾਂ ਕਿ ਜਿਸ ਜਗ੍ਹਾ 'ਤੇ ਇਸ ਵੇਲੇ ਮੈਂ ਖੜ੍ਹਾ, ਪੁਰਾਣੇ ਪੰਜਾਬ ਦੀ ਜਿਹੜੀ ਹੈ ਉਹ ਝਲਕ
ਇਸ ਘਰ ਦੇ ਵਿੱਚ ਆ ਕੇ ਦੇਖਦੀ। ਤੁਸੀਂ ਵੇਖ ਸਕਦੇ ਕਿ ਸਰਦਾਰ ਸਾਹਿਬ ਉਹਨਾਂ ਨੇ ਆਪਣੇ ਘਰ ਦੇ ਵਿੱਚ ਹੀ ਇੱਕ ਵੱਡਾ ਜਿਹੜਾ ਕਮਰਾ ਹੈ ਉਸ ਦੇ ਵਿੱਚ ਇਹ ਪੰਜਾਬੀ ਵਿਰਸੇ ਦੇ ਨਾਲ ਜੁੜੀਆਂ ਇਕੱਲੀਆਂ ਇਕੱਲੀ ਚੀਜ਼ ਜਿਹੜੀ ਹੈ ਉਹ ਉਹਨਾਂ ਨੇ ਆਪਣੇ ਕਮਰੇ ਦੇ ਵਿੱਚ ਸਜਾਵਟ ਦੇ ਵਿੱਚ ਰੱਖੀਆਂ ਹੋਈਆਂ ਹੈ। ਤੁਸੀਂ ਵੇਖ ਸਕਦੇ ਤਸਵੀਰਾਂ ਦੇ ਵਿੱਚ ਕਿ ਤੱਕੜੀ ਹੈ, ਹੋਰ ਵੀ ਬਹੁਤ ਸਾਰਾ ਸਮਾਨ ਹੈ ਤਸਵੀਰਾਂ ਦੇ ਵਿੱਚ ਤੁਸੀਂ ਸਕਰੀਨ ਦੇ ਉੱਪਰ ਵੇਖ ਰਹੇ ਹੋਗੇ। ਸਰਦਾਰ ਸਾਹਿਬ ਸਾਡੇ ਨਾਲ ਬਣੇ ਨੇ, ਉਹਨਾਂ ਦੇ ਨਾਲ ਲਗਾਤਾਰ ਗੱਲਬਾਤ ਸਾਡੀ ਜਾਰੀ ਹੈ। ਇਹ ਵੀ ਜ਼ਰੂਰ ਪੁੱਛਣਾ ਚਾਹਾਂਗਾ ਕਿ ਅੱਜ ਸਰਦਾਰ ਸਾਹਿਬ ਮਸ਼ੀਨਰੀ ਦੇ ਇਸ ਯੁੱਗ ਦੇ ਵਿੱਚ ਜਿੱਥੇ ਮਸ਼ੀਨਾਂ ਆ ਗਈਆਂ ਉੱਥੇ ਇਹਨਾਂ ਚੀਜ਼ਾਂ ਦੀ ਵੈਲਿਊ ਘੱਟ ਗਈ, ਪਰ ਦਿਲਾਂ ਦੇ ਵਿੱਚ ਅੱਜ ਵੀ ਹੈ ਜੀ। ਦਿਲਾਂ ਦੇ ਵਿੱਚ ਅੱਜ ਵੀ ਹੈਗੀ ਆ, ਮੇਰੇ ਤੇ ਸਦਾ ਹੀ ਰਹੂਗੀ ਜਿੰਨਾ ਚਿਰ ਮੈਂ ਜੀਣਾ ਜੀ। ਮੈਂ ਤੇ ਇਹੋ ਚਾਹੁੰਦਾ ਵੀ ਮੇਰਾ ਕਿਤੇ ਇਹੋ ਜਿਹਾ ਮੌਕਾ ਲੱਗੇ। ਚਲੋ ਹੁਣ ਬੱਚੇ ਅੱਜ ਕੱਲ੍ਹ ਪੱਠੇ ਪਾ ਕੇ ਕੁਛ ਨਹੀਂ ਗਏ, ਮੇਰਾ ਸ਼ੌਂਕ ਹੈ ਵੀ ਬਲਦ ਲਿਆਵਾਂ ਤੇ ਇਹ ਚੀਜ਼ਾਂ ਨੂੰ ਫੇਰ ਚਲਾਵਾਂ ਇੱਕ ਰਾਂ, ਪਰ ਹੁਣ ਨਹੀਂ ਜੋ ਮਤਲਬ ਗੱਲ ਕੀ ਵੀ ਪੱਠੇ ਨਹੀਂ ਪੈਂਦੇ ਤੇ ਜਿਹੜੇ ਹੁਣ ਪੰਜਾਬੀਆਂ ਦੇ ਬੱਚੇ ਜੰਮੇ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਹੋਣਗੇ ਉਹਨਾਂ ਨੂੰ ਕੀ ਪਤਾ ਹੋਵੇਗਾ ਪੰਜਾਲੀ ਕੀ ਹੈ ਅਤੇ ਮਧਾਣੀ ਕੀ ਹੈ, ਦੁੱਧ ਰਿੜਕਣ ਵਾਲੀ ਕੀ ਹੈ, ਇਸ 'ਤੇ ਕੀ ਕਹਿਣਾ ਚਾਹੋਗੇ? ਉਹ ਵੇਖਣ ਆਉਂਦੇ ਆ, ਅੱਛਾ ਜੀ, ਬੱਚੇ ਆਉਂਦੇ ਆ ਵੇਖਣ ਆਉਂਦੇ, ਫੋਟੋਆਂ ਲਾਉਂਦੇ ਹੋਏ ਪੁੱਛਦੇ ਆ ਕੀ ਆ ਕੋਈ ਬੱਚਿਆਂ ਦਾ ਆਪ ਦੱਸੋ ਸਾਨੂੰ ਵੀ ਮਤਲਬ ਹਿਸਾਬ ਦੇ ਨਾਲ ਕੀ ਚੀਜ਼ ਆ, ਐਵੇਂ ਉਹਨੂੰ ਸਮਝਾਈਦਾ ਵਾ ਟਾਈਮ ਕੱਢ ਕੇ ਵੀ ਆਹ ਪੁੱਤ ਪੁਰਾਣੇ ਜਮੇ 'ਤੇ ਪੁਰਾਣੇ ਸਮੇਂ ਦੀਆਂ ਹੱਲਾਂ ਵਾਂ, ਸੁਹਾਗੀਆਂ ਵਾਂ, ਪੰਜਾਲੀ ਆ, ਜੋ ਵੀ ਚੀਜ਼ਾਂ ਸਾਰੀਆਂ ਪਈਆਂ ਵਾ ਅਤੇ ਉਹਨਾਂ ਨੂੰ ਵਿਖਾਈ ਦੀਆਂ। ਫਿਰ ਸਰਦਾਰ ਸਾਹਿਬ ਤੁਸੀਂ ਜਿਹੜਾ ਹੈ ਤੁਸੀਂ ਕਿਸ ਤਰੀਕੇ ਦੇ ਨਾਲ ਇਹ ਸਾਰੀਆਂ ਚੀਜ਼ਾਂ ਨੂੰ ਇਕੱਠੇ ਕਰਨ ਦੇ ਵਿੱਚ ਕਾਮਯਾਬ ਹੋਏ? ਹਾਂ, ਮੇਰੀਆਂ ਤਾਂ ਕੁਛ ਕੁ ਹੱਥੀਂ ਵਾਹੀਆਂ ਚਲਾਈਆਂ ਜੀ, ਆੜੀਆਂ ਸਾਰੀਆਂ ਮੇਰੇ ਹੱਥੀਂ ਚਲਾਈਆਂ ਜੀ, ਅਤੇ ਕੁਛ ਮੇਰਾ ਜਿਹੜਾ ਮਤਲਬ ਸਮਾਨ ਹੈ ਉਹ ਆਇਆ ਵਾ ਬਾਹਰੋਂ ਜੀ, ਕੁਛ ਜਿਸ ਤਰ੍ਹਾਂ ਮਤਲਬ ਮਧਾਣੀਆਂ ਵਾਂ, ਜ਼ਿਆਦੀਆਂ ਮਧਾਣੀਆਂ ਵਾਂ ਇਕੱਠੀਆਂ ਕੀਤੀਆਂ, ਇਹ ਵੀ ਸੱਜਣਾ ਮਿੱਤਰਾਂ ਨੇ ਦਿੱਤੀਆਂ ਵਾਂ, ਅਤੇ ਬਾਕੀ ਜਿਹੜਾ ਸਮਾਨ ਮੇਰੇ ਸ਼ੌਂਕ ਦਾ ਮੈਂ ਲੈ ਆਉਂਦਾ, ਉਹ ਜਿਸ ਤਰ੍ਹਾਂ ਵੀ ਜੀ ਕਰਦਾ, ਉਹ ਪੁਰਾਣੀ ਖੂੰਡੀ ਆ, ਉਹ ਖੇਦੋ ਖੂੰਡੀ ਖੇਡਣ ਵਾਲੀ ਜਾਂ ਖੂੰਡਾ ਵਾ ਲੈ ਕੇ ਤੁਰਨ ਵਾਲਾ, ਕੁਹਾੜੀ ਆ, ਗੰਡਾਸੀ ਆ, ਮੈਂ ਸਾਰੀਆਂ ਚੀਜ਼ਾਂ ਇੱਥੇ ਟੰਗੀਆਂ ਵੇਖੋ ਬੰਨੇ ਜੀ, ਇਹ ਸ਼ੌਂਕ ਹੀ ਆ ਮੇਰਾ। ਅੱਛਾ ਜੀ, ਵੀ ਮੈਂ ਇਹ ਸ਼ੌਂਕ ਜਿਹੜਾ ਹੈ ਅੱਜ ਇਹ ਦੂਰੋਂ ਦੂਰੋਂ ਜਿਹੜੇ ਲੋਕ ਬਾਹਰੋਂ ਆਉਂਦੇ ਜਿਹੜੇ ਉਹ ਵੀ ਵੇਖਣ ਆਉਂਦੇ ਆ, ਬੱਚੇ ਆਉਂਦੇ ਵੇਖਣ, ਕਈ ਆਖਣਗੇ ਬਾਪੂ ਅਸੀਂ ਆਉਣਾ ਤੁਸੀਂ ਘਰੇ ਹੋਇਓ, ਅਤੇ ਮੈਂ ਪੁੱਤ ਮੈਨੂੰ ਫੋਨ ਕਰ ਦਿਓ ਮੈਂ ਆ ਜ਼ਰੂਰ ਜਾਊਂਗਾ ਜੀ, ਅਤੇ ਉਹ ਫਿਰ ਆ ਜਾਂਦੇ, ਕਈ ਰਾਂ ਆ ਜਾਂਦੇ, ਕਈ ਰਾਂ ਨਹੀਂ ਆਉਂਦੇ ਫਿਰ। ਅੱਛਾ ਜੀ, ਉਹਨਾਂ ਨੌਜਵਾਨਾਂ ਨੂੰ ਜਿਹੜੇ ਪੰਜਾਬ ਦੇ ਵਿੱਚ ਜੰਮ ਪਲ ਕੇ ਬਾਹਰ ਚਲੇ ਗਏ ਨੇ ਉਹਨਾਂ ਨੂੰ ਕੀ ਸੁਨੇਹਾ ਰਹੇਗਾ ਕਿ ਆਪਣੀਆਂ ਇਹਨਾਂ ਚੀਜ਼ਾਂ ਦੇ ਨਾਲ ਜਿਹੜੇ ਉਹ ਜੁੜੇ ਰਹਿਣ? ਹਾਂ, ਸਾਂਭੋ ਇਹ ਚੀਜ਼ਾਂ, ਸਾਂਭੋ ਜਿੱਥੇ ਵੀ ਤੁਹਾਨੂੰ ਮਿਲਦੀਆਂ ਨਾ ਸਾਂਭੋ ਇਹਨਾਂ ਨੂੰ, ਇਹਨਾਂ ਨੂੰ ਆਵਾਗਾਉਣ ਨਾ ਕਰੋ, ਸਾੜੋ ਨਾ, ਵੇਚੋ ਨਾ, ਕੁਆੜੀਏ ਨੂੰ ਵੇਚ ਦੇਣਗੇ, ਟੋਕੇ ਹੋਣਗੇ ਕੁਆੜੀ ਨੂੰ ਵੇਚ ਦੇਣਗੇ, ਲੋਹੇ ਦੀ ਚੀਜ਼ ਕੁਆੜੀਏ ਨੂੰ ਵੇਚ ਦੇਣਗੇ, ਇਹ ਚੀਜ਼ਾਂ ਨੂੰ ਸਾਂਭ ਕੇ ਰੱਖੋ, ਨਹੀਂ ਸਾਂਭੀਆਂ ਜਾਂਦੀਆਂ ਤਾਂ ਮੈਨੂੰ ਦੇ ਜਾਓ, ਮੈਂ ਹੋ ਸਕਦਾ ਤੁਹਾਨੂੰ ਥੋੜ੍ਹੇ ਵੇਲੇ ਪੈਸੇ ਵੀ ਦੇ ਦਾਂ ਅਤੇ ਮੈਂ ਇੱਥੇ ਰੰਗ ਟੰਗ ਲੂੰਗਾ ਲਿਆਉਣ ਕੇ, ਕਿਉਂ ਮੈਂ 40 ਫੁੱਟ ਦਾ ਕਮਰਾ ਬਣਾਇਆ ਵਾ ਇਸੇ ਕਰਕੇ ਬਾਲਿਆਂ ਦੀ ਛੱਤ ਆ, ਅਤੇ ਮੇਰਾ ਸ਼ੌਂਕ ਹੀ ਆ ਵੀ ਮੈਂ ਰੱਖਣਾ ਵਾ। ਫਰਿੱਜਾਂ ਆ ਗਈਆਂ ਤਾਂ ਘੜੇ ਜਿਹੜੇ ਆ ਉਹ ਖੁੱਡੇ ਲੱਗ ਗਏ, ਤਾਂ ਨਵੇਂ ਭਾਂਡੇ ਆ ਗਏ ਪਿੱਤਲ ਦੇ ਭਾਂਡੇ ਜਿਹੜੇ ਆ ਉਹ ਖੁੱਡੇ ਲੱਗ ਗਏ, ਕਿਵੇਂ ਕਿਵੇਂ ਵੇਖਦੇ ਹੋ, ਕੀ ਕਹਿਣਾ ਚਾਹੋਗੇ? ਹਾਂਜੀ, ਇਹ ਤਾਂ ਪਿੱਤਲ ਦੇ ਭਾਂਡੇ ਤਾਂ ਕਈ ਮਤਲਬ ਐਡੇ ਬੀਬੀਆਂ ਸਿਆਣੀਆਂ ਵਾ ਵੀ ਵੇਖੋ ਸ਼ਾਨ ਆ ਪਿੱਤਲ ਦੇ ਭਾਂਡਿਆਂ ਦੀ, ਇਹ ਕਈ ਜਾ ਕੇ ਵੇਚ ਆਉਂਦੀਆਂ ਜੀ, ਜਾ ਕੇ ਉੱਥੇ ਜਾਂ ਕੁਆੜ ਵਾਲੀ ਨੂੰ ਵੇਚ ਦੇਣਗੀਆਂ ਜਾਂ ਸ਼ਹਿਰ ਲੈ ਜਾਣਗੀਆਂ ਵੇਚਣਗੀਆਂ। ਅਸੀਂ ਦੋਵੇਂ ਜੀ ਇੱਕਦਮ ਤੁਰੇ ਜਾਈਏ ਸ਼ਹਿਰ 'ਤੇ, ਅਸੀਂ ਆ 3-4 ਚੀਜ਼ਾਂ ਜਿਹੜੀਆਂ ਨਾ ਇਹ 2000 ਰੁਪਏ ਦੀਆਂ ਲੈਂਦੀਆਂ ਜੀ, ਇਹ ਸਾਡਾ ਸ਼ੌਂਕ ਹੀ ਆ ਵੀ ਅਸੀਂ ਰੱਖਣਾ ਵਾ ਜੀ, ਅਤੇ ਚਲੋ ਬੱਚਿਆਂ ਦੀ ਮਰਜ਼ੀ, ਅੱਜ ਕੱਲ੍ਹ ਵੇਚੀ ਵੀ ਜਾਂਦੇ ਲੋਕ, ਸਿਆਣੇ ਬਿਆਣੇ ਵੇਚੀ ਜਾਂਦੇ ਜੀ, ਵੀ ਆਹ ਭਾਂਡੇ ਕੀ ਕਰਨੇ ਆ, ਸਟੀਲ ਦੇ ਲਈਏ, ਪਰ ਇਹਨਾਂ ਭਾਂਡੇ ਦੇ ਵਿੱਚ ਫਾਇਦਾ ਬੜਾ, ਰੋਟੀ ਖਾਓ ਤੁਸੀਂ, ਪਾਣੀ ਪੀਓ, ਇਹ ਬਹੁਤ ਵਧੀਆ ਚੀਜ਼ ਹੈ। ਤਾਂ ਕਿੰਨਾ ਕੁ ਸਕੂਨ ਜਿਹੜਾ ਹੈ ਮੈਂ ਦੱਸ ਦੇਣਾ ਚਾਹੁੰਦਾ ਦੋਸਤੋ, ਕਿ
ਕੋਠੀ ਵੀ ਬਣੀ ਹੈ ਸਰਦਾਰ ਸਾਹਿਬ ਹੋਣਾ ਦੀ, ਪਰ ਉਹ ਇੱਥੇ ਚਟਾਈ ਵਿਛਾ ਕੇ ਰੋਟੀ ਪਾਣੀ ਇੱਥੇ ਇੱਥੇ ਬਹਿ ਕੇ ਕਿੰਨਾ ਕੁ ਸਕੂਨ ਮਿਲਦਾ, ਚਾਰੇ ਬੰਨੇ ਪੰਜਾਬੀ ਵਿਰਸੇ ਦੀਆਂ ਚੀਜ਼ਾਂ ਲੱਗ। ਜਦੋਂ ਮੈਂ ਆਪਣਾ ਕੰਮ ਕਰਕੇ ਆਉਂਦਾ ਨਾ ਜੀ, ਮੈਂ ਜ਼ਰੂਰ ਇੱਥੇ ਬਹਿਨਾ। ਅੱਛਾ ਜੀ। ਭਾਵੇਂ ਮੈਨੂੰ 10 ਮਿੰਟ ਟਾਈਮ ਮਿਲੇ, 20 ਮਿੰਟ ਟਾਈਮ ਮਿਲੇ, ਅੱਜ ਕੱਲ੍ਹ ਤਾਂ ਚਲੋ ਏਸੀਆਂ ਦਾ ਮਾਹੌਲ ਆ ਗਿਆ ਵਾ ਅਤੇ ਪੱਖਿਆਂ ਦਾ ਨਹੀਂ ਏਡਾ ਚੱਲਦਾ, ਅਤੇ ਪਰ ਮੈਨੂੰ ਫਿਰ ਵੀ ਮੈਂ ਘੰਟਾ ਖੰਡੇ 'ਤੇ ਬਹਿਣਾ ਹੀ ਬਹਿਣਾ ਵਾ। ਅੱਛਾ ਜੀ। ਆਹ ਵੇਖ ਲਓ ਮੇਰਾ ਬਿਸਤਰਾ ਜੀ ਜੀ, ਮੈਂ ਇੱਥੇ ਆਣ ਕੇ ਜ਼ਰੂਰ ਇੱਥੇ ਬੁਲਾਵੇ ਪੈਣਾ ਜੀ। ਧੰਨਵਾਦ ਜੀ। ਸੋ ਸਾਡੇ ਨਾਲ ਗੱਲਬਾਤ ਕਰਨ ਲਈ, ਸਾਨੂੰ ਸਮਾਂ ਦੇਣ ਦੇ ਲਈ ਵੀ ਤੁਹਾਡਾ ਬਹੁਤ ਬਹੁਤ ਧੰਨਵਾਦ। ਬਹੁਤ ਬਹੁਤ ਤੁਹਾਡਾ ਵੀ ਧੰਨਵਾਦ। ਸ਼ਾਬਾਸ਼ ਜੀ ਦੇ ਰਹੋ। ਸੋ ਦੋਸਤੋ, ਸਾਡਾ ਇੱਕ ਮਕਸਦ ਸੀਗਾ ਕਿ ਅੱਜ ਅਸੀਂ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਰੂੜੇ ਆਸਲ ਦੇ ਵਿੱਚ ਪਹੁੰਚੇ ਹਾਂ, ਤਾਂ ਤਸਵੀਰਾਂ ਬਿਆਨ ਕਰ ਰਹੀਆਂ ਨੇ ਕਿ ਸਰਦਾਰ ਸਾਹਿਬ ਜੀ ਕਿਵੇਂ ਜਿਹੜੇ ਨੇ ਉਹ ਅੱਜ ਵੀ ਆਪਣੇ ਵਿਰਸੇ ਨੂੰ ਨਹੀਂ ਭੁੱਲੇ, ਅਤੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਜਿਨ੍ਹਾਂ ਨੂੰ ਅੱਜ ਕੱਲ੍ਹ ਦੇ ਲੋਕ, ਨਵੇਂ ਬੱਚੇ ਜਿਨ੍ਹਾਂ ਨੂੰ ਉਹਨਾਂ ਚੀਜ਼ਾਂ ਬਾਰੇ ਨਹੀਂ ਪਤਾ ਕਿ ਇਹ ਕੀ ਹੈ, ਉਹ ਕਬਾੜ ਦੇ ਵਿੱਚ ਵੇਚ ਦਿੰਦੇ ਨੇ, ਲੇਕਿਨ ਉਹ ਆਪਣੇ ਘਰ ਦੇ ਵਿੱਚ ਲਿਆ ਕੇ ਉਸਨੂੰ ਇਸ ਤਰੀਕੇ ਨਾਲ ਸਜਾ ਕੇ ਰੱਖਦੇ ਨੇ ਕਿਉਂਕਿ ਉਹਨਾਂ ਨੂੰ ਪਤਾ ਇਹ ਸਾਡੇ ਵਿਰਸੇ ਨਾਲ ਜੁੜੀਆਂ ਚੀਜ਼ਾਂ ਹਨ। ਤਾਂ ਵਾਕਈ ਇਸ ਵੀਡੀਓ ਨੂੰ ਵੇਖ ਕੇ ਵੀ ਜਿਹੜਾ ਜ਼ਰੂਰ ਕਮੈਂਟ ਵੀ ਜ਼ਰੂਰ ਕਰਿਓ, ਜੇ ਕਿਤੇ ਸਾਡੇ ਕੋਲ ਕਮੀ ਪੇਸ਼ੀ ਰਹਿ ਗਈ ਹੋਵੇ ਤਾਂ ਮਾਫੀ ਚਾਹੁੰਦੇ ਹਾਂ। ਬੜੇ ਸਿਆਣੇ ਦਰਸ਼ਕ ਨੇ ਜਿਹੜੇ ਸੋਸ਼ਲ ਮੀਡੀਆ 'ਤੇ ਜੁੜੇ ਹੋਏ ਨੇ, ਅਤੇ ਸ਼ੇਅਰ ਲਾਈਕ ਕਮੈਂਟ ਵੀ ਜ਼ਰੂਰ ਕਰਿਓ ਅਤੇ ਦਿਓ ਵੀ ਆਪਣੀ ਜ਼ਰੂਰ ਰਾਏ, ਅਤੇ ਬਣੇ ਰਹੋ ਸਾਡੇ ਨਾਲ, ਹਰ ਕਵਰੇਜ ਵੀ ਪਹੁੰਚਾਉਂਦੇ ਰਹਾਂਗੇ ਤੁਹਾਡੇ ਤੱਕ। ਕੈਮਰਾਮੈਨ ਜਸਬੀਰ ਸਿੰਘ ਦੇ ਨਾਲ ਮੈਂ ਦਲਜੀਤ ਸਿੰਘ, ਗ੍ਰੇਟ ਪੰਜਾਬ ਟੀਵੀ, ਤਰਨ ਤਾਰਨ।